ਓਂਟਾਰੀਓ 'ਚ ਅੱਜ 1210 ਕੋਵਿਡ ਦੇ ਕੇਸ 28 ਮੌਤਾਂ ਵੀ ਦਰਜ ਕੀਤੀਆਂ ਗਈਆਂ। ਉੱਥੇ ਹੀ ਪੀਲ ਦੇ ਵਿੱਚ 361 ਅਤੇ ਟੋਰਾਂਟੋ ਦੇ ਵਿੱਚ 346 ਅਤੇ ਯਾਰਕ ਦੇ ਵਿੱਚ 143 ਕੋਵਿਡ ਦੇ ਕੇਸ ਸਾਹਮਣੇ ਆਏ। ਬ੍ਰੈਂਟਨ ਦੇ ਨਾਨਕਸਰ ਗੁਰਦੁਆਰੇ ਦੇ ਜੁਰਮਾਨੇ ਦਾ ਕੇਸ ਹੁਣ ਓਂਟਾਰੀਓ ਅਦਾਲਤ ਦੇ ਵਿੱਚ ਪਹੁੰਚਿਆ। ਦਿੱਲੀ 'ਚ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ ਹੁਣ ਹੋਵੇਗਾ 2000 ਰੁਪਏ ਦਾ ਜੁਰਮਾਨਾ। ਚੋਣਾਂ ਨੂੰ ਸੁਰੱਖਿਅਤ ਦੱਸਣ ਤੇ ਟਰੰਪ ਨੇ ਸਾਈਬਰ ਸਿਕਿਉਰਿਟੀ ਡਾਇਰੈਕਟਰ ਨੂੰ ਕੀਤਾ ਬਰਖਾਸਤ। ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ 5000 ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਦਿੱਤਾ ਗਿਆ ਸੱਦਾ। ਪ੍ਰੀਮੀਅਰ ਡੱਗ ਫੋਰਡ ਨੇ ਇਸ ਹਫ਼ਤੇ ਦੇ ਅੰਤ ਵਿੱਚ ਹੋਰ ਨਵੀਆਂ ਪਾਬੰਦੀਆਂ ਸੂਬੇ ਦੇ ਵਿੱਚ ਲਾਗੂ ਕਰਨ ਦੀ ਦਿੱਤੀ ਚੇਤਾਵਨੀ। ਸੂਬੇ ਦੇ ਹਸਪਤਾਲਾਂ 'ਚ ਕੋਵਿਡ ਦੇ ਮਰੀਜ਼ਾਂ ਦੀ ਵਧੀ ਸੰਖਿਆ। ਪੀਲ ਬੋਰਡ ਦੇ ਸਕੂਲ ਇਸ ਰੁੱਤ 'ਚ 19 ਦਸੰਬਰ ਤੋਂ 3 ਜਨਵਰੀ 2021 ਤੱਕ ਰਹਿਣਗੇ ਬੰਦ। WHO ਦੇ ਮੁਤਾਬਿਕ ਲਾਕਡਾਊਨ ਤੋਂ ਬਚਣ ਲਈ 95% ਲੋਕਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਕੋਵਿਡ-19 ਕਾਰਨ ਹਸਪਤਾਲਾਂ 'ਚ ICU ਦੇ ਮਰੀਜ਼ਾਂ ਦੀ ਗਿਣਤੀ 'ਚ ਹੋਇਆ ਵਾਧਾ।